ਨਮਸਕਾਰ ਸਸ਼ਿਆਕਾਲ ਤੇ ਗੁੱਡ ਮਾਰਨਿੰਗ ਦੇ ਅਨਾਈਟਿਊ ਨਿਊਜ਼ ਦੇ ਬ੍ਰੈਕਫਾਸਟ ਸ਼ੋਅ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਸੀਂ ਨਾਰਥ ਅਮਰੀਕਾ ਤੇ ਗਲੋਬਲ ਪੰਜਾਬ ਅਤੇ ਇੰਗਲੈਂਡ ਅਤੇ ਯੂਰਪ ਦੇ ਸੰਗਤ ਟੀਵੀ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ ਕਹਿੰਦੇ ਨੇ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੁੰਦਾ ਹੈ ਇਹ ਬੁਝਦੀ ਲੋ ਲਈ ਤੇ ਦਾ ਤੇਲ ਦਾ ਕੰਮ ਕਰਦਾ ਹੈ ਅਤੇ ਹਨੇਰੇ ਵਿੱਚ ਇੱਕ ਰੌਸ਼ਨੀ ਦੀ ਕਿਰਨ ਵਾਂਗ ਲੋਕਾਂ ਦੇ ਚਿਹਰੇ ਤੇ ਮੋੜ ਮੁਸਕਰਾਹਟ ਲੈ ਕੇ ਆਉਂਦਾ ਹੈ ਜਦੋਂ ਮੌੜ ਜੀਵਨ ਮਿਲ ਜਾਂਦਾ ਹੈ ਇਹੀ ਜੀਵਨ ਦਾਨ ਕਰਨ ਦਾ ਕਾਰਜ ਕਰਦੇ ਨੇ ਬਲਵੰਤ ਸਿੰਘ ਜੀ ਅਤੇ ਇਹਨਾਂ ਦੀ ਪਤਨੀ ਜਸਵੰਤ ਕੌਰ ਜੋ ਕਿ ਪਿਛਲੇ ਕਈ ਸਾਲਾਂ ਤੋਂ ਬਿਨਾਂ ਕਿਸੇ ਲਾਲਸਾ ਤੋਂ ਮਾਨਵਤਾ ਦੇ ਨਾਤੇ ਖੂਨ ਦਾਨ ਕਰ ਰਹੇ ਨੇ ਅਸੀਂ ਇਹਨਾਂ ਨਾਲ ਚਰਚਾ ਕਰਾਂਗੇ ਕਿ ਕਿਸ ਤਰ੍ਹਾਂ ਇਹਨਾਂ ਨੇ ਖੂਨ ਦਾਨ ਕਰਨ ਬਾਰੇ ਸੋਚਿਆ ਅਤੇ ਕਿਸ ਤਰ੍ਹਾਂ ਅੱਜ ਦੀ ਨੌਜਵਾਨ ਪੀੜ੍ਹੀ ਸਮਾਜ ਭਲਾਈ ਦੇ ਕਾਰਜਾਂ ਵਿੱਚ ਆਪਣਾ ਯੋਗਦਾਨ ਪਾ ਸਕਦੀ ਹੈ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਵਾਂ ਦਾ ਸਾਡੇ ਸਟੂਡੀਓ ਦੇ ਵਿੱਚ ਬਲਵੰਤ ਸਿੰਘ ਜੀ ਸਭ ਤੋਂ ਪਹਿਲਾਂ ਤੁਹਾਡੇ ਤੋਂ ਜਾਨਣਾ ਚਾਹਾਂਗੇ ਕਿ ਕਿੰਨੇ ਕੁ ਸਾਲਾਂ ਤੋਂ ਤੁਸੀਂ ਇਹ ਖੂਨ ਦਾਨ ਦਾ ਕੰਮ ਕਰ ਰਹੇ ਹੋ ਤੇ ਅਤੇ ਇਹ ਤੁਸੀਂ ਕਿਵੇਂ ਇਸ ਖੂਨਦਾਨ ਕਰਨ ਬਾਰੇ ਸੋਚਿਆ ਮੈਂ 7/4/1991 ਅਸੀਂ ਦੋਨੋਂ ਇਕੱਠੇ ਬਲੱਡ ਡੋਨੇਟ ਕਰਦੇ ਹਾਂ ਪਹਿਲਾਂ ਮੇਰੀ ਪਤਨੀ ਨੂੰ ਸੰਤ ਕਰਨੇ ਦਿੱਤਾ ਸੀ ਫਿਰ ਇਹਦੀ ਪ੍ਰੇਰਣਾ ਸਦਕਾ ਮੈਨੂੰ ਵੀ ਨਾਲ ਤੋਰਿਆ ਤੇ ਅਸੀਂ ਫਿਰ ਲਗਾਤਾਰ ਬਲੱਡ ਨੇਟ ਕਰਦੇ ਰਹੇ ਹੁਣ ਤੱਕ ਅਸੀਂ 75 75 ਵਾਰ ਬਲੱਡ ਨੇਟ ਕਰ ਚੁੱਕੇ ਹਾਂ ਚਲੋ ਇਹ ਸਮਾਜਿਕ ਕਾਰਜਤਾ ਹੈ ਹੀ ਹੈ ਨਾਲ ਦੀ ਨਾਲ ਲੋਕਾਂ ਨੂੰ ਪ੍ਰੇਰਣਾ ਦੇ ਕਾਰਜ ਵੀ ਹੈ ਜੀ ਬਿਲਕੁਲ ਜਸਵੰਤ ਕੌਰ ਜੀ ਜੀ ਦੱਸ ਰਹੇ ਨੇ ਇਹਨਾਂ ਨੂੰ ਤੁਹਾਡੇ ਤੋਂ ਪ੍ਰੇਰਣਾ ਮਿਲੀ ਮਹਿਲਾਵਾਂ ਜਿਹੜੀਆਂ ਹੁੰਦੀਆਂ ਨੇ ਖਾਸ ਕਰਕੇ ਉਹ ਇਸ ਕੰਮ ਤੋਂ ਥੋੜਾ ਜਿਹਾ ਗੁਰੇਜ਼ ਕਰਦੀਆਂ ਨੇ ਤੇ ਪਰ ਤੁਸੀਂ ਇਹ ਕਰਨ ਬਾਰੇ ਕਿਵੇਂ ਸੋਚਿਆ ਤੁਹਾਨੂੰ ਕਿੱਥੋਂ ਪ੍ਰੇਰਣਾ ਮਿਲੀ ਇਸ ਦੀ ਸਭ ਤੋਂ ਪਹਿਲਾਂ ਤਾਂ ਮੈਂ ਮੈਡਮ 인ਦਰਜੀਤ ਡੇ ਐਂਡ ਨਾਈਟ ਦੇਖਣ ਵਾਲੇ ਸਾਰੇ ਈ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਔਰ ਡੇਅਰ ਨਾਈਟ ਦੇ ਸਾਰੇ ਵੀ ਪ੍ਰਬੰਧਕਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਸਾਨੂੰ ਦੋਨਾਂ ਨੂੰ ਇੱਥੇ ਬੁਲਾ ਕੇ ਲੋਕਾਂ ਦੇ ਰੋਬਰੂ ਕਰਨ ਦਾ ਮੌਕਾ ਦਿੱਤਾ ਹੈ ਜਿੱਥੋਂ ਤੱਕ ਬਲੱਡ ਰਿਲੇਸ਼ਨ ਦਾ ਸਵੰਦ ਹੈ ਕਹਿੰਦੇ ਆ ਇੱਕ ਚੰਗੀ ਔਰਤ ਦੇ ਪਿੱਛੇ ਇੱਕ ਔਰਤ ਜਦੋਂ ਵੀ ਉਹ ਆਪਣੇ ਕਾਮਯਾਬ ਹੁੰਦੀ ਆ ਉਸ ਦੇ ਪਿੱਛੇ ਇੱਕ ਚੰਗੇ ਮਰਦ ਦਾ ਹੱਥ ਹੁੰਦਾ ਹੈਗਾ ਤੇ ਜੇ ਔਰਤ ਨੇ ਕਾਮਯਾਬ ਹੋਣਾ ਤਾਂ ਉਸ ਦਾ ਸਾਥ ਆ ਜਿਹੜਾ ਉਸ ਉਸ ਦਾ ਘਰ ਵਾਲਾ ਹੁੰਦਾ ਪਤੀ ਦਿੰਦਾ ਤੇ ਜੇ ਪਤੀ ਨੇ ਕਾਮਯਾਬ ਹੋਣਾ ਹੁੰਦਾ ਤਾਂ ਔਰਤ ਨੇ ਦਿੰਦਾ ਮੇਰੇ ਇਸ ਕਾਮਯਾਬੀ ਦੇ ਪਿੱਛੇ ਮੇਰੇ ਹਸਬੰਡ ਸਰਦਾਰ ਬਲਵੰਤ ਸਿੰਘ ਦਾ ਬਹੁਤ ਬਹੁਤ ਯੋਗਦਾਨ ਹੈ ਜੇ ਸ਼ਾਇਦ ਇਹ ਮੇਰਾ ਸਹਿਯੋਗ ਨਾ ਦਿੰਦੇ ਤਾਂ ਅੱਜ ਮੈਂ ਦੁਨੀਆ ਦੇ ਨਕਸ਼ੇ ਤੇ ਨਾ ਹੁੰਦੀ ਜੀ ਬਿਲਕੁਲ ਬਲਵੰਤ ਸਿੰਘ ਜੀ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ 75 ਵਾਰੀ ਕਰ ਚੁੱਕੇ ਹੋ ਖੂਨਦਾਨ ਤੇ ਲੋਕਾਂ ਨੂੰ ਕਈ ਪਰੰਭ ਵੀ ਹੈਗੇ ਨੇ ਇਸ ਬਾਰੇ ਕਿ ਕਈ ਤਰ੍ਹਾਂ ਦੀ ਕਮਜ਼ੋਰੀ ਆ ਜਾਂਦੀ ਹੈ ਕਿ ਇਸ ਤਰ੍ਹਾਂ ਦਾ ਕਦੇ ਤੁਹਾਨੂੰ ਮਹਿਸੂਸ ਹੋਇਆ ਇਹ ਮੈਡਮ ਇਸ ਤਰ੍ਹਾਂ ਹੈ ਬਲੱਡ ਡੋਨੇਸ਼ਨ ਕਰਨ ਤੋਂ ਪਹਿਲਾਂ ਤਾਂ ਇਹ ਵਹਿਮ ਹਰ ਇੱਕ ਦੇ ਤਕਰੀਬਨ ਆਉਂਦੇ ਆ ਜਦੋਂ ਇੱਕ ਵਾਰ ਵਲੰਟਰੀ ਸ਼ਵੈਚ ਨਾਲ ਬਲੱਡ ਦੇ ਦਿੰਨੇ ਆ ਤਾਂ ਫਿਰ ਤੁਹਾਡਾ ਆਪਣਾ ਹੀ ਮਨ ਕਰਦਾ ਰਹਿੰਦਾ ਹੈਗਾ ਫਿਰ ਉਹ ਵਹਿਮਨਾ ਦੀ ਕੋਈ ਚੀਜ਼ ਨਹੀਂ ਰਹਿੰਦੀ ਜਿੰਨੇ ਚਿਰ ਤੁਹਾਡੀ ਏਜ ਅਲਾਉਡ ਕਰਦੀ ਹੈਗੀ ਉਹਨਾਂ ਜੇ ਤੁਸੀਂ ਬਲੱਡ ਡੋਨੇਟ ਕਰ ਸਕਦੇ ਆ ਉਮਰ ਦੀ ਗੱਲ ਕੀਤੀ ਹੈ ਤੇ ਕਿਸ ਉਮਰ ਵਰ ਦੇ ਜਿਹੜੇ ਹੈਗੇ ਨੇ ਡੋਨੇਟ ਕਰ ਸਕਦੇ ਨੇ ਬਲੱਡ ਪਹਿਲਾਂ ਤਾਂ 18 ਤੋਂ 60 ਸਾਲ ਦੇ ਵਿੱਚ ਮਿੱਥੀ ਹੋਈ ਸੀ ਉਮਰ ਲੇਕਿਨ ਪਿਛਲੇ ਤਿੰਨ ਚਾਰ ਤੋਂ 65 ਸਾਲ ਤੱਕ ਜੇ ਚੰਗੀ ਹੈਲਥ ਹੈ ਸਾਰੇ ਕੰਟੈਂਟਸ ਪੂਰੇ ਆ ਤਾਂ ਬਲੱਡ ਡੋਨੇਟ ਕਰ ਸਕਦੇ ਜਸਵੰਤ ਕੌਰ ਜੀ ਬਹੁਤ ਵਾਰ ਤੁਸੀਂ ਬਲੱਡ ਡੋਨੇਟ ਕਰ ਚੁੱਕੇ ਹੋ ਖੂਨਦਾਨ ਕਰਨਾ ਇੱਕ ਬਹੁਤ ਵੱਡਾ ਕਾਰਜ ਹੁੰਦਾ ਹੈ ਤੇ ਇਸ ਲਈ ਜਿਹੜਾ ਸਿਹਤ ਚੰਗੀ ਵੀ ਬਹੁਤ ਜ਼ਰੂਰੀ ਹੈ ਤੇ ਕਿਸ ਤਰ੍ਹਾਂ ਤੁਸੀਂ ਆਪਣੀ ਸਿਹਤ ਕਾਇਮ ਕੀਤੀ ਹੈ ਚੰਗੀ ਮੈਡਮ ਇੰਦਰ ਜੀ ਤੇ ਇਸ ਤਰ੍ਹਾਂ ਹੈਗਾ ਕਿ ਕਈ ਲੋਕਾਂ ਨੂੰ ਭਰਮ ਹੈਗਾ ਖੂਨਦਾਨ ਕਰਨ ਦੇ ਨਾਲ ਕਮਜ਼ੋਰੀ ਆ ਜਾਂਦੀ ਆ ਜਾਂ ਔਰਤ ਨੂੰ ਖੂਨਦਾਨ ਨਹੀਂ ਕਰਨਾ ਚਾਹੀਦਾ ਹੈਗਾ ਕਿਉਂਕਿ ਉਸ ਦੀਆਂ ਕਈ ਸਮੱਸਿਆਵਾਂ ਹੁੰਦੀਆਂ ਨੇ ਸਰੀਰਕ ਤੌਰ ਤੇ ਵੀ ਹੁੰਦੀਆਂ ਉਸ ਨੇ ਘਰੇਲੂ ਕੰਮ ਵੀ ਦੇਖਣੇ ਹੁੰਦੇ ਆ ਪਰ ਜਿੱਥੋਂ ਤੱਕ ਮੇਰਾ ਵਿਚਾਰ ਹੈਗਾ ਕਿ ਖੂਨ ਦੇਣ ਦੇ ਨਾਲ ਕਦੇ ਕੋਈ ਕਮੀ ਨਹੀਂ ਹੁੰਦੀ ਹੈਗੀ ਮਲਕਿ ਔਰਤ ਹੈ ਜਿਹੜੀ ਉਹ ਮਰਦ ਦੇ ਬਰਾਬਰ ਬੋਲਡ ਹੁੰਦੀ ਆ ਉਸ ਦੀ ਜਿਹੜੀ ਮਾਨਸਿਕ ਸ਼ਕਤੀ ਹੁੰਦੀ ਆ ਉਹ ਤੇਜ ਹੁੰਦੀ ਹੈਗੀ ਆ ਇੱਕ ਤਾਂ ਜਦੋਂ ਅਸੀਂ ਖੂਨਦਾਨ ਕਰਦੇ ਹੈਗੇ ਆ 24 ਘੰਟਿਆਂ ਦੇ ਵਿੱਚ ਸਾਡੇ ਅੰਦਰ ਖੂਨ ਉਸੇ ਤਰ੍ਹਾਂ ਬਣ ਜਾਂਦਾ ਹੈ ਇੱਕ ਹੈ ਨਾ ਦੂਸਰਾ ਇਹ ਹੈ ਵੀ ਖੂਨ ਦੇਣ ਦੇ ਨਾਲ ਜਿੱਥੋਂ ਤੱਕ ਮੇਰਾ ਤਜਰਬਾ ਹੈਗਾ ਕਿ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ ਜਿਵੇਂ ਕੋਈ ਬਲੱਡ ਪ੍ਰੈਸ਼ਰ ਹੈਗਾ ਕੋਈ ਹਾਰਟ ਦੀ ਪ੍ਰੋਬਲਮ ਆ ਇਹ ਸਾਰੀਆਂ ਖੂਨ ਦੇਣ ਦੇ ਨਾਲ ਕੰਪਲੀਟ ਹੋ ਜਾਂਦੀਆਂ ਹਨ ਖਤਮ ਹੋ ਜਾਂਦੀਆਂ ਇਹਦਾ ਕਾਰਨ ਇਹ ਹੈਗਾ ਕਿ ਸਾਡੇ ਸਰੀਰ ਅੰਦਰ ਜਦੋਂ ਨਵਾਂ ਬਲੱਡ ਬਣਦਾ ਹੈਗਾ ਤਾਂ ਉਸ ਦੇ ਜਿਹੜੇ ਅੰਦਰਲੇ ਸੈੱਲ ਹੁੰਦੇ ਆ ਉਹ ਵੀ ਉਹ ਉਸ ਟਾਈਮ ਉਹ ਮਜ਼ਬੂਤ ਹੁੰਦੇ ਹੈਗੇ ਕਿਉਂਕਿ ਪਿਛਲੇ ਜਮਾਨੇ ਦੇ ਵਿੱਚ ਜਦੋਂ ਅਸੀਂ ਅੱਜ ਤੋਂ 50 ਸਾਲ ਪਹਿਲਾਂ ਦੀਆਂ ਖੁਰਾਕਾਂ ਖਾਧੀਆਂ ਨੇ ਜੇ ਅਸੀਂ ਕਦੇ ਖੂਨਦਾਨ ਕਰਾਂਗੇ ਹੀ ਨਾ ਤਾਂ ਸਾਡੇ ਸੀਰ ਅੰਦਰ ਉਹੀ ਖੂਨ ਪਿਆ ਹੈਗਾ ਤੇ ਉਹ ਗਰੀਬੀ ਦਾ ਗਰੀਬੀ ਵਾਲਾ ਵੀ ਖੂਨ ਹੋ ਸਕਦਾ ਉਦੋਂ ਸਾਡੀ ਸੋਚ ਵੀ ਘਟੀਆ ਹੋ ਸਕਦੀ ਹੈਗੀ ਅੱਜ ਅਸੀਂ ਜੇ ਸਾਡੀ ਸੋਚ ਵਧੀਆ ਹੈਗੀ ਅੱਜ ਅਸੀਂ ਚੰਗੀ ਖਾਣ ਵੀ ਖਾ ਰਹੇ ਹਾਂ ਤੇ ਸਾਡਾ ਬਲੱਡ ਵੀ ਉਸੇ ਤਰ੍ਹਾਂ ਦਾ ਬਣਦਾ ਹੈਗਾ ਇਸ ਕਰਕੇ ਬਲੱਡ ਦੇਣ ਦੇ ਨਾਲ ਕਦੇ ਵੀ ਕੋਈ ਕਮਜ਼ੋਰੀ ਨਹੀਂ ਆਉਂਦੀ ਮੈਂ ਸਾਹਮਣੇ ਹੈਗੀ ਹੈ ਕਿ ਹੁਣ ਤੱਕ 75 ਵਾਰ ਖੂਨਦਾਨ ਕਰਕੇ ਕਦੇ ਵੀ ਮੈਨੂੰ ਕਦੇ ਕੋਈ ਕਮਜ਼ੋਰੀ ਨਹੀਂ ਆਈ ਮੈਂ ਜੌਬ ਵੀ ਕਰਦੀ ਹੈਗੀ ਆ ਸਰਕਾਰੀ ਨੌਕਰੀ ਕਰ ਰਹੀ ਆਂ ਔਰ ਮੈਂ ਘਰ ਦਾ ਕੰਮ ਵੀ ਦੇਖਦੀ ਆਂ ਕਦੇ ਵੀ ਮੈਨੂੰ ਕੋਈ ਕੋਈ ਪ੍ਰੋਬਲਮ ਨਹੀਂ ਬਲਵੰਤ ਸਿੰਘ ਜੀ ਜਦੋਂ ਤੁਸੀਂ ਖੂਨਦਾਨ ਕਰਦੇ ਜੇ ਉਸ ਤੋਂ ਕੁਝ ਦਿਨ ਬਾਅਦ ਤੁਹਾਨੂੰ ਜ਼ਰੂਰ ਥੋੜੀ ਜੀ ਕਮਜ਼ੋਰੀ ਤਾਂ ਮਹਿਸੂਸ ਹੁੰਦੀ ਹੋएगी ਕਿੰਨੇ ਕੁ ਦਿਨ ਚ ਰਿਕਵਰ ਹੋ ਜਾਂਦਾ ਹੈ ਕਿ ਬੰਦਾ ਬਿਲਕੁਲ ਨਾਰਮਲ ਤੁਰਨ ਫਿਰਨ ਲੱਗ ਜਾਏ ਨਹੀਂ ਮੈਡਮ ਕੋਈ ਮੰਜੂਰੀ ਆਪਣੇ ਕਮਜ਼ੋਰੀ ਮਹਿਸੂਸ ਨਹੀਂ ਹੁੰਦੀ ਕਿਉਂਕਿ ਅਸੀਂ ਕਈ ਵਾਰ ਬਲੱਡ ਡੋਨੇਸ਼ਨ ਕੈਂਪਸ ਹੀ ਆਪਣੇ ਵੀ ਲਾਉਨੇ ਆ ਬਾਬਾ ਸ਼ੇਖ ਫਰੀਦ ਬਲੱਡ ਡੋਨਰ ਕਾਉਂਸਲ ਵੱਲੋਂ ਤਾਂ ਅਸੀਂ ਕਈ ਵਾਰ ਉਹ ਡੇਟ ਵਿੱਚ ਜਿਵੇਂ ਅਸੀਂ ਸਾਲ ਦੇ ਵਿੱਚ 4 ਡੇਟਾਂ ਮਿੱਥੀਆਂ ਹੋਈਆਂ ਅਸੀਂ 1 ਜਨਵਰੀ ਨਵੇਂ ਕੱਪੜੇ ਪਾ ਕੇ ਸਭ ਤੋਂ ਪਹਿਲਾਂ ਪੀਜੀ ਜਾ ਕੇ ਬਲੱਡ ਡੇਟ ਕਰਦੇ ਆ ਉਸ ਤੋਂ ਬਾਅਦ ਫਿਰ 7/4/91 ਨੂੰ ਵਰਲਡ ਹੈਲਥ ਡੇ ਹੁੰਦਾ ਉਹਦੇ ਤੇ ਬਲੱਡ ਡੇਟ ਕਰਦੇ ਆ ਤੀਸਰੀ ਵਾਰ ਅਸੀਂ ਕਰਦੇ ਆ ਆਪਣੀ ਮੈਜਰ ਯੂਨੀਵਰਸਿਟੀ ਤੇ 5 ਜੁਲਾਈ ਨੂੰ ਹਰ ਵਾਰ ਪਿਛਲੇ 15 ਸਾਲ ਤੋਂ ਤਾਂ ਇਹ ਕੰਟੀਨਿਊ ਹੋ ਰਿਹਾ ਫਿਰ 1 ਅਕਤੂਬਰ ਨੂੰ ਨੈਸ਼ਨਲ ਬਲੱਡ ਨੇਸ਼ਨ ਡੇ ਹੁੰਦਾ ਅਸੀਂ ਉੱਥੇ ਕਰਦੇ ਹਾਂ ਸਾਲ ਦੇ ਵਿੱਚ ਚਾਰ ਵਾਰੀ ਕਰਦੇ ਹਾਂ ਪਰ ਕਮਜ਼ੋਰੀ ਵਾਲੀ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ ਅ ਪਰ ਕੁਝ ਖਾਸ ਕਾਰਨ ਹੈ ਇਸ ਪਿੱਛੇ ਕਿ ਤੁਸੀਂ ਕੁਝ ਖਾਸ ਮੌਕੇ ਤੇ ਹੀ ਬਲੱਡ ਡੋਨੇਟ ਕਰਦੇ ਹੋ ਤੇ ਕੋਈ ਹੋਰ ਦਿਨਾਂ 'ਚ ਕਦੇ ਕਰਦੇ ਨਹੀਂ ਇਸ ਦਾ ਮੈਡਮ ਕਾਰਨ ਇਹ ਹੈ ਕਿ ਜਿਵੇਂ ਆਪਣੇ ਇੰਡੀਆ ਦੇ ਵਿੱਚ ਇਹਨਾਂ ਨੇ ਸਟੈਂਡਰਡ ਮਿਥਿਆ ਹੋਇਆ ਵੀ 90 ਦਿਨਾਂ ਬਾਅਦ ਤੁਸੀਂ ਕਰ ਸਕਦੇ ਹੋ ਸੈੱਲ ਤੁਹਾਡੇ ਪੂਰਨ ਹੋ ਜਾਂਦੇ ਆ ਤੇ ਇਹ ਜਿਹੜੀਆਂ ਚਾਰੇ ਡੇਟਾਂ ਹੈਗੀਆਂ ਇਹ 90 ਦਿਨਾਂ ਦੇ ਵਿੱਚ 88 ਤੋਂ 90 ਦਿਨਾਂ ਦੇ ਵਿੱਚ ਵਿੱਚ ਹੀ ਆਉਂਦੀਆਂ ਜੀ ਅਸੀਂ ਚਰਚਾ ਇਸ ਤਰ੍ਹਾਂ ਜਾਰੀ ਰੱਖਾਂਗੇ ਪਰ ਇੱਕ ਕਾਲਰ ਸਾਡੇ ਨਾਲ ਜੁੜ ਚੁਕੇ ਨੇ ਹੈਲੋ ਕੀ ਨਾਏ ਤੁਹਾਡਾ ਕਿੱਥੋਂ ਬੋਲ ਰਹੇ ਹੋ ਹਿੰਦਰਜੀਤ ਮਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਏ ਤੁਹਾਡਾ ਕਿੱਥੋਂ ਬੋਲ ਰਹੇ ਹੋ ਜੀ ਮੈਂ ਸਵਰਨ ਸਿੰਘ ਠੱਟੀ ਫਟੇਗੜ ਕੋਈ ਥੋੜੇ ਮੋਕੇ ਤੋਂ ਬੋਲ ਰਿਹਾ ਹਾਂ ਹਾਂਜੀ ਸਵਰਨ ਸਿੰਘ ਜੀ ਕੀ ਕਹਿਣਾ ਚਾਹੋਗੇ ਕਹਿਣਾ ਮੈਂ ਜੀ ਪਹਿਲਾਂ ਤਾਂ ਇਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਜਿਹੜਾ ਇਹਨਾਂ ਨੇ ਇੰਨੀ ਵਾਰ ਹੀ ਖੂਨਦਾਲ ਕੀਤਾ ਜੀ ਤੇ ਵਧਾਈ ਦੇ ਪਾਤਰ ਹੈ ਜੀ ਬਿਲਕੁਲ ਜੀ ਜੀ ਨੰਬਰ ਤੇ ਮੈਨੂੰ ਇਹ ਗੱਲ ਕਰਨਾ ਚਾਹਣਾ ਵੀ ਜਦੋਂ ਆਪਾਂ ਖੂਨਦਾਨ ਕਰਦੇ ਆ ਤੇ ਆਪਾਂ ਨੂੰ ਖਾਣ ਪੀਣ ਦੇ ਮਤਲਬ ਕਿਹੜੇ ਕਿਹੜੇ ਚੀਜ਼ ਖਾਣੀ ਚਾਹੀਦੀ ਜਿੰਦੇ ਨਾਲ ਆਪਾਂ ਵੀ ਦੁਬਾਰੇ ਆਪਣਾ ਖੂਨ ਤਿਆਰ ਕਰਕੇ ਤੇ ਦੁਬਾਰੇ ਦੀਨ ਦੇ ਕਾਬਲ ਬਣਾ ਸਕਦੇ ਆ ਜੀ ਜੀ ਬਿਲਕੁਲ ਤੁਹਾਡਾ ਇਸ ਦਾ ਜਵਾਬ ਦੇਣੀ ਹੈ ਤੁਹਾਡਾ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜਸਵੰਤ ਕੌਰ ਜੀ ਉਹ ਤੋਂ ਖਾਣ ਪੀਣ ਵਾਸਤੇ ਜ਼ਰੂਰ ਕੁਝ ਵਾ ਜਾ ਲੈਣਾ ਚਾਹੁੰਦੇ ਨੇ ਪਰ ਇਸ ਤੋਂ ਪਹਿਲਾਂ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਹੋਏ ਨੇ ਇਹਨਾਂ ਦਾ ਜਵਾਬ ਦੇਵਾਂਗੇ ਆਪਾਂ ਪਰ ਇੱਕ ਕਾਲਰ ਹੋਰ ਸੁਣ ਲੈਣੇ ਕੀ ਕਹਿਣਾ ਉਹਨਾਂ ਦਾ ਹੈਲੋ ਕੀ ਨਾਏ ਤੁਹਾਡਾ ਕਿੱਥੋਂ ਬ ਮੇਰਾ ਨਾਮ ਸਰਬਜੀਤ ਸਿੰਘ ਲਕੋਆ ਹਾਂਜੀ ਸਰਬਜੀਤ ਜੀ ਕਿੱਥੋਂ ਬੋਲ ਰਹੇ ਹੋ ਤੁਸੀਂ ਮੈਂ ਮੁਹਾਲੀ ਤੋਂ ਬੋਲ ਰਿਹਾ ਹਾਂ ਹਾਂਜੀ ਕੀ ਕਹਿਣਾ ਚਾਹੋਗੇ ਅ ਇੱਕ ਤੇ ਮੈਂ ਇਹ ਪੁੱਛਣਾ ਚਾਹੁੰਦਾ ਕਿ ਖੂਨਦਾਨ ਦਾ ਅਗਰ ਆਪਾਂ ਕਰਦੇ ਹਾਂ ਤੇ ਇਹਦਾ ਹੈਲਥ ਉੱਤੇ ਕੀ ਇਫੈਕਟ ਪਵੇਗਾ ਤੇ ਸੈਕੰਡਲੀ ਅਗਰ ਅਸੀਂ ਰੈਗੂਲਰਲੀ ਕਰਨਾ ਚਾਹੁੰਦੇ ਹਾਂ ਤੇ ਇਹਦੇ ਵਿੱਚ ਮਿਨੀਮਮ ਕਿੰਨੇ ਸਿਰ ਦਾ ਗੈਪ ਰੱਖਣਾ ਚਾਹੀਦਾ ਜੀ ਬਿਲਕੁਲ ਤੁਹਾਡੇ ਸਵਾਲਾਂ ਦਾ ਜਰੂਰ ਜਵਾਬ ਦੇਣਗੇ ਤੁਹਾਡਾ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਤਾਂ ਇਸ ਤੋਂ ਪਹਿਲਾਂ ਜਿਹੜੇ ਕਾਲਰ ਸੀਗੇ ਸਵਰਨ ਸਿੰਘ ਜੀ ਉਹ ਪੁੱਛ ਰਹੇ ਸੀ ਕਿ ਕੀ ਕੁਝ ਸਾਨੂੰ ਖਾਣਾ ਪੀਣਾ ਚਾਹੀਦਾ ਹੈ ਹਾਂਜੀ ਜੀ ਮੈਂ ਉਹ ਫਦੇਗੜ ਸਾਹਿਬ ਤੋਂ ਜਿਹੜਾ ਜਵਾਬ ਆਇਆ ਉਹਨਾਂ ਨੇ ਪੁੱਛਿਆ ਹੈਗਾ ਕਿ ਸਾਨੂੰ ਖਾਣਾ ਕਿਸ ਤਰ੍ਹਾਂ ਦੀ ਖਾਣੀ ਚਾਹੀਦੀ ਆ ਇਹਦੇ ਵਿੱਚ ਕੋਈ ਖਾਜਾਦਾ ਖਰਾਕ ਦੀ ਲੋੜ ਨਹੀਂ ਹੁੰਦੀ ਹੈਗੀ ਸਿਰਫ ਸਾਨੂੰ ਇਹ ਹੈਗਾ ਬਲੱਡ ਨੂੰ ਪੂਰਾ ਕਾਰਕਰਮ ਦੇ ਖਾਤਰ ਸਾਨੂੰ ਆਇਰਨ ਦੇ ਕੈਪਸੂਲ ਵਗੈਰਾ ਖਾਣੇ ਚਾਹੀਦੀਆਂ ਚੰਗੀ ਸਾਫ ਸੁਥਰੀ ਖਾਣਾ ਖਾਣੀ ਚਾਹੀਦੀ ਆ ਸਭ ਤੋਂ ਵੱਡੀ ਗੱਲ ਜਿਹੜੀ ਹੈਗੇ ਕਿ ਸਾਡੀ ਸੋਚ ਵਧੀਆ ਹੋਣੀ ਚਾਹੀਦੀ ਹੈ ਜੇ ਤੁਹਾਡੀ ਸੋਚ ਵਧੀਆ ਹੈਗੀਆ ਤਾਂ ਫਿਰ ਮੇਰਾ ਖਿਆਲ ਆ ਵੀ ਉੱਥੇ ਖਰਾਕ ਦੀ ਵੀ ਲੋੜ ਨਹੀਂ ਚਾਹੀ ਪੈਂਦੀ ਹੈਗੀ ਸਾਨੂੰ ਖੂਬ ਹੱਸਣਾ ਚਾਹੀਦਾ ਹੈਗਾ ਹੱਸਣ ਦੇ ਨਾਲ ਵੀ ਕਹਿੰਦੇ ਇਹ ਹੱਸਣਾ ਜਿਹੜੀ ਹੈਗਾ ਇਹ ਵੀ ਸਾਡੀ ਬਹੁਤ ਵੱਡੀ ਖਰਾਕ ਹੈਗੀ ਆ ਜਿਸ ਤਰ੍ਹਾਂ ਅਸੀਂ ਬੈਠੇ ਹੈਗੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਨੀ ਆ ਕਿ ਸਾਡੀ ਕਦੇ ਵੀ ਕੋਈ ਪ੍ਰੋਬਲਮ ਨਹੀਂ ਆਈ ਅਸੀਂ ਹੁਣ ਤੱਕ ਜੇ 75 75 ਵਾਰ ਖੂਨਦਾਨ ਕਰਕੇ ਵੀ ਸਾਡੀ ਸਿਹਤ ਬਿਲਕੁਲ ਬਰਕਰਾਰ ਹੈ ਕਦੇ ਵੀ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਇਸੇ ਤਰ੍ਹਾਂ ਮੇਰਾ ਤਾਂ ਸੁਝਾਏ ਹੈਗਾ ਕਿ ਇਹਦਾ ਚ ਕੋਈ ਸਪੈਸ਼ਲ ਖਰਾਕ ਦੀ ਕੋਈ ਲੋੜ ਨਹੀਂ ਹੁੰਦੀ ਹੈਗੀ ਨੋਰਮਲ ਖਰਾਕ ਖਾਓ ਤੇ ਮੈਂ ਇਹ ਵੀ ਦੱਸਣਾ ਚਾਹੁੰਦੀ ਆ ਕਿ ਮੈਂ ਪਿਓਰ ਵੈਜੀਟੇਰੀਅਨ ਆ ਮੈਂ ਕਦੇ ਵੀ ਕੋਈ ਚਿਕਨ ਵਗੈਰਾ ਵੀ ਨਹੀਂ ਖਾਂਦਾ ਹੈਗਾ ਤੇ ਮਤਲਬ ਜੇ ਕੋਈ ਸੋਚੇ ਹੈਗੇ ਤਾਂ ਵੀ ਖਰਾਕ ਦੀ ਲੋੜ ਹੈਗੀ ਐਕਸਟਰਾ ਲੋੜ ਪੈਂਦੀ ਆ ਬਲੱਡ ਕਦੇ ਵੀ ਲੋੜ ਨੇ ਕਿਉਂਕਿ ਇੱਕ ਪ੍ਰਮਾਤਮਾ ਨੇ ਐਸਾ ਗਿਫਟ ਦਿੱਤਾ ਵਾ ਸਾਨੂੰ ਇਹ ਪ੍ਰਮਾਤਮਾ ਵੱਲੋਂ ਹੀ ਗੋਡ ਗਿਫਟ ਆ ਜਿਹੜਾ ਜਿੰਨਾ ਸੀ ਬਲੱਡ ਦਿੰਨੇ ਆ ਉਹਨਾਂ ਬਲੱਡ ਵਾਤਾ ਸਾਡੇ ਅੰਦਰ ਹਾਂਜੀ ਬਿਲਕੁਲ ਜਿਵੇਂ ਸਰਬਜੀਤ ਜੀ ਕਹਿ ਰਹੇ ਸੀ ਕਿ ਕਿੰਨੇ ਕੁ ਗੈਪ ਹੋਣਾ ਚਾਹੀਦਾ ਵਿੱਚ ਜੀ ਹਾਂਜੀ ਇਸ ਦਾ ਜਿਹੜਾ ਗੈਪ ਹੈਗਾ ਸਾਡੇ ਇੰਡੀਅਨ ਸਟੈਂਡਰਡ ਦੇ ਮੁਤਾਬਕ ਉਹ 90 ਦਿਨ ਦਾ ਗੈਪ ਹੋਣਾ ਚਾਹੀਦਾ ਹੈਗਾ ਤਿੰਨ ਮਹੀਨਿਆਂ ਬਾਅਦ ਅਸੀਂ ਖੂਨਦਾਨ ਕਰ ਸਕਦੇ ਹਾਂ ਜਿਵੇਂ ਅਸੀਂ ਵੀ ਸਾਲ ਦੇ ਵਿੱਚ ਆਪਣੇ 4 ਦਿਨ ਸਿਲੈਕਟ ਕੀਤੇ ਹੋਏ ਹੈਗਾ ਉਸੇ ਤਰ੍ਹਾਂ ਦਾ ਜਦੋਂ ਅਸੀਂ ਕੋਈ ਟਾਰਗੇਟ ਲੈ ਕੇ ਚੱਲਦੇ ਹਾਂ ਅਚੀਵਮੈਂਟ ਸਾਡੀ ਫੇਰ ਹੀ ਹੁੰਦੀ ਹੈਗੀ ਹਨਾ ਸਾਨੂੰ ਆਪਣਾ ਟਾਰਗੇਟ ਲੈ ਕੇ ਜ਼ਰੂਰ ਚੱਲਣਾ ਚਾਹੀਦਾ ਹੈਗਾ ਵੀ ਅਸੀਂ ਤਿੰਨ ਮਹੀਨਾ ਤੋਂ ਬਾਅਦ ਖੂਨਦਾਨ ਕਰਾਂ ਹਾਂਜੀ ਜੀ ਬਿਲਕੁਲ ਤਾਂ ਤਿੰਨ ਮਹੀਨੇ ਬਾਅਦ ਤੁਸੀਂ ਖੂਨਦਾਨ ਕਰ ਸਕਦੇ ਹੋ ਤੇ ਘੋਰ ਕੋਲਰ ਸਾਡੇ ਨਾਲ ਜੁੜੇ ਹੋਏ ਨੇ ਹੈਲੋ ਕੀ ਨਾਇ ਤੁਹਾਡਾ ਕਿੱਥੋਂ ਬੋਲ ਰਹੇ ਹੋ ਹੈਲੋ ਹੈਲੋ ਜੀ ਮੇਰਾ ਨਾਮ ਪੋਕਟਿੰਗ ਹੈ ਤੇ ਮੈਂ ਅਬ ਹੋਰ ਤੋਂ ਬੋਲ ਰਿਹਾ ਹਾਂ ਹਾਂਜੀ ਭੂਪ ਸਿੰਘ ਜੀ ਕੀ ਕਹਿਣਾ ਚਾਹੋਗੇ? ਇਹ ਕੀ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਕ ਆਮ ਬੰਦੇ ਦੇ ਅੰਦਰ ਕਿੰਨਾ ਖੂਨ ਹੁੰਦਾ ਹੈ ਤੇ ਉਹ ਇੱਕ ਟਾਈਮ ਦੇ ਵਿੱਚ ਕਿੰਨਾ ਖੂਨ ਜਿਹੜਾ ਹੈਗਾ ਹੈ? ਹਾਂਜੀ ਲੱਗਦਾ ਉਹਨਾਂ ਦਾ ਕਾਲ ਕੱਟ ਗਿਆ ਹੈ ਤੇ ਲੋਕਾਂ ਨੂੰ ਬੜੇ ਸ਼ੰਕਾ ਹੁੰਦੇ ਹੈ ਕਿ ਸਾਡੇ ਜੀ ਕਿੰਨੇ ਕੁ ਗ੍ਰਾਮ ਖੂਨ ਹੈਗਾ ਤੇ ਕਿੰਨਾ ਨਹੀਂ ਇਸ ਲਈ ਅਸੀਂ ਦੱਸਦੀ ਹੈ ਕਿ ਇਸ ਲਈ ਤੁਹਾਨੂੰ ਥੋੜਾ ਜਿਹਾ ਚੈੱਕ ਕਰਵਾਉਣਾ ਪਏਗਾ ਕਿ ਕਿੰਨਾ ਐਚਬੀ ਹੈ ਤੁਹਾਡੇ ਦੇ ਇਹਦਾ ਜਵਾਬ ਮੈਂ ਮੈਡਮ ਇੰਦਰਜੀਤ ਤਾਂ ਦੇਣਾ ਚਾਹੁੰਦੀ ਆ ਕਿ ਸਾਡੇ ਸਰੀਰ ਅੰਦਰ 5 ਤੋਂ 6 ਕਿਲੋ 5 ਤੋਂ 6 ਲੀਟਰ ਬਲੱਡ ਹੁੰਦਾ ਹੈਗਾ ਠੀਕ ਹੈ ਤੇ ਅਸੀਂ ਜਦੋਂ ਬਲੱਡ ਨੀਟ ਕਰਨਾ ਹੈਗਾ ਉਹ 250 ਤੋਂ ਲੈ ਕੇ 300 ਐਮਐਲ ਤੱਕ ਬਲੱਡ ਨੀਟ ਕਰਨਾ ਸਿਰਫ ਜਿਹਨੂੰ ਆਪਾਂ ਬੈਂਡੂ ਤਰੀਕੇ ਨਾਲ ਕਹਿ ਦਈਏ ਕਿ ਪਾਈਕ 250 ਗ੍ਰਾਮ ਬਲੱਡ ਹੁੰਦਾ ਹੈਗਾ ਠੀਕ ਹੈ ਡਨੇਟ ਕਰਨਾ ਉਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਕਈ ਮੈਨੂੰ ਐਦਾਂ ਪੁੱਛਣਗੇ ਕਿ ਮੈਡਮ ਤੁਹਾਡੇ ਸਰੀਰ ਦੇ ਅੰਦਰ ਆਪਣੇ ਸਰੀਰ ਅੰਦਰ ਤਾਂ 5 ਤੋਂ 6 ਲੀਟਰ ਬਲੱਡ ਹੁੰਦਾ ਤੇ ਤੁਸੀਂ ਹੁਣ ਤੱਕ 86 ਲੀਟਰ ਪੂਰੇ ਪਰਿਵਾਰ ਨੇ ਕਿਵੇਂ ਦਿੱਤਾ ਤੇ ਮੈਂ ਉਹੀ ਪਹਿਲਾਂ ਜਿਵੇਂ ਮੈਂ ਦੱਸਿਆ ਮੈਂ ਰਿਪੀਟ ਕਰਨਾ ਚਾਹੁੰਦੀ ਆ ਕਿ ਇਹ ਜਿੰਨਾ ਅਸੀਂ ਬਲੱਡ ਦਿੰਨੇ ਆ ਉਹ ਨਾਲ ਸਾਡੇ ਸਰੀਰ ਅੰਦਰ ਵਾਤਾ ਹੈ ਪਰ ਇਸ ਦੇ ਨਾਲ ਹੀ ਬਲੱਡ ਗਰੁੱਪ ਚ ਟੈਸਟ ਕਰਵਾਉਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਹੋਏ ਨੇ ਹਲੋ ਕੀ ਨਾਇ ਤੁਹਾਡਾ ਕਿੱਥੋਂ ਬੋਲ ਰਹੇ ਹੋ ਹਾਂਜੀ ਗੁੱਡ ਮਾਰਨ ਹਾਂਜੀ ਗੁੱਡ ਮਾਰਨਿੰਗ ਜੀ ਕਿੱਥੋਂ ਬੋਲ ਰਹੇ ਹੋ ਮੈਂ ਮੁਖੀਰ ਸਾਹਿਬ ਤੋਂ ਬੋਲ ਰਿਹਾ ਹਾਂ ਮੈਂ ਐਕਸਰਮੈਨ ਆਰਮੀ ਤੋਂ ਰਿਟਾਇਰਮੈਂਟਲ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਐਸੀ ਸਿੰਘ ਹੈ 18 ਸਾਲ ਮੈਂ ਉਸੇ ਸਰਵਿਸ ਕੀਤੀ ਤੇ ਜਿਵੇਂ 18 ਵਾਰ ਮੈਂ ਆਪਣਾ ਨਾਮ ਬਲੱਡ ਦਿੱਤਾ ਹਾਂਜੀ ਬਹੁਤ ਵਧੀਆ ਗੱਲ ਹੈ ਜੀ ਤੁਸੀਂ ਬਲੱਡ ਡੋਨੇਟ ਕੀਤਾ ਹੈ ਆਪਣਾ ਤੇ ਕੁਝ ਹੋਰ ਕਹਿਣਾ ਚਾਹੋਗੇ ਤੁਸੀਂ ਮੈਂ ਇਹਨਾਂ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਨਾ ਜੀ ਤੁਸੀਂ ਇਹ ਗੁਰੂ ਨੇ ਤੁਹਾਨੂੰ ਇੱਕ ਕਿਰਪਾ ਤੇ ਨਾ ਕੀਆ ਨਾਰਮਲ ਖਾਣਾ ਖਾਂਦੇ ਰਹੋ ਵਰਜਿਸ਼ ਕਰਦੇ ਰਹੋ ਤੁਸੀਂ ਫੋਨ ਦੇਵੋਗੇ ਉਹ ਮਾਲਕ ਤੁਹਾਨੂੰ ਉਸੇ ਤਰ੍ਹਾਂ ਹੀ ਮਤਲਬ ਤੁਹਾਡੇ ਜਿਵੇਂ ਸਾਰਾ ਉਹ ਤੋਂ ਜ਼ਿਆਦਾ ਮਨੋਦ ਦਿੰਦਾ ਰਹਿੰਦਾ ਥੈਂਕ ਯੂ ਜੀ ਬਿਲਕੁਲ ਤੁਹਾਡਾ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਤਾਂ ਇਹ ਵੀ ਜਿਹੜੇ ਸੀਗੇ ਸੱਜਣ ਨੇ ਕਾਫੀ ਡੋਨੇਟ ਕਰ ਚੁੱਕੇ ਨੇ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਹੋਏ ਨੇ ਹੈਲੋ ਕੀ ਨਾਇ ਤੁਹਾਡਾ ਕਿੱਥੋਂ ਬੋਲ ਰਹੇ ਹੋ ਹੈਲੋ ਹਾਂਜੀ ਕੀ ਨਾਇ ਤੁਹਾਡਾ ਸਤਿ ਸ੍ਰੀ ਅਕਾਲ ਮੈਡਮ ਜੀ ਸਤਿ ਸ੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਦਿਵਿੰਦਰ ਸਿੰਘ ਬੋਗਾ ਹਾਂਜੀ ਦਵਿੰਦਰ ਸਿੰਘ ਜੀ ਕੀ ਕਹਿਣਾ ਚਾਹੋਗੇ ਹਾਂਜੀ ਇਹ ਪੁੱਛਣਾ ਚਾਹੁੰਦੇ ਆ ਜੀ ਕਿ ਕਿੱਥੇ ਖੂਨ ਦਾਟ ਕਰ ਸਕਨੇ ਆ ਹਾਂਜੀ ਤੁਹਾਡਾ ਜਵਾਬ ਜ਼ਰੂਰ ਦੇਣੀਏ ਤੁਹਾਡਾ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਬਲਵੰਤ ਸਿੰਘ ਜੀ ਜਾਣਨਾ ਚਾਹੁੰਦੇ ਨੇ ਕਿ ਕਿੱਥੇ ਖੂਨਦਾਨ ਕੀਤਾ ਜਾ ਸਕਦਾ ਐਕਚੁਅਲ ਖੂਨਦਾਨ ਹਸਪਤਲੀ ਦਾ ਸਾਨੂੰ ਸਰਕਾਰੀ ਬਲੱਡ ਬੈਂਕਸ ਦੇ ਵਿੱਚ ਹੀ ਦੇਣਾ ਚਾਹੀਦਾ ਕਿਉਂਕਿ ਉੱਥੇ ਹਰ ਲੋੜਵੰਦ ਗਰੀਬ ਨੂੰ ਬਲੱਡ ਨੇਟ ਜੋ ਕੀਤਾ ਹੁੰਦਾ ਮਿਲ ਜਾਂਦਾ ਹੈ ਇਸ ਕਰਕੇ preference ਸਾਨੂੰ ਹਰ ਸਰਕਾਰੀ ਬਲੱਡ ਬੈਂਕ ਨੂੰ ਹੀ ਦੇਣੀ ਚਾਹੀਦੀ ਹੈ ਜੀ ਇਸ ਤੋਂ ਇਲਾਵਾ ਜਿਵੇਂ ਇਹਨਾਂ ਨੂੰ ਥੋੜਾ ਜਿਹਾ ਦੱਸ ਦਈਏ ਕਿ ਰੈੱਡ ਕਰਾਸ ਸੁਸਾਇਟੀ ਜਿਹੜੀ ਹੈਗੀ ਹੈ ਉੱਥੇ ਖੂਨਦਾਨ ਬੜੀ ਆਸਾਨੀ ਨਾਲ ਕੀਤਾ ਜਾ ਸਕਦਾ ਹੈ ਤੁਸੀਂ ਵੀ ਇਸ ਸੰਸਥਾ ਦੇ ਵਿੱਚ ਕਈ ਵਾਰ ਖੂਨਦਾਨ ਕੀਤਾ ਹੈ ਤੇ ਇਸ ਤੋਂ ਇਲਾਵਾ ਤੁਸੀਂ ਤੁਹਾਡੀ ਆਪਣੀ ਵੀ ਬਾਬਾ ਸ਼ੇਖ ਫਰੀਦ ਸੰਸਥਾ ਤੁਸੀਂ ਬਣਾਈ ਹੋਈ ਹੈ ਖੂਨਦਾਨ ਕਰਨ ਲਈ ਉਸ ਨਾਲ ਕਿੰਨੇ ਕ ਮੈਂਬਰ ਜੁੜੇ ਹੋਏ ਨੇ ਸਾਡੇ ਨਾਲ ਮੈਂਬਰ ਸਾਡੇ ਕੋਲੇ ਜੋ ਰਿਕਾਰਡ ਆ ਉਹ 5000 ਕਲੀ ਮੈਂਬਰਾਂ ਦਾ ਜਿਨ੍ਹਾਂ ਦੇ ਬਲੱਡ ਗਰੁੱਪ ਵੀ ਅਸੀਂ ਦਿੱਤੇ ਹੋਏ ਆ ਡਰੈਸ ਵੀ ਸਾਡੇ ਕੋਲੇ ਆ ਬਲਕਿ ਉਹਨਾਂ ਦੇ ਮੋਬਾਈਲ ਨੰਬਰ ਵੀ ਹੈ ਕੋਈ ਐਮਰਜੈਂਸੀ ਕਾਲ ਦੇ ਵਿੱਚ ਕਿਸੇ ਵੀ ਬਲੱਡ ਬੈਂਕ ਦੇ ਵਿੱਚ ਕਿਸੇ ਖਾਸ ਗਰੁੱਪ ਦੀ ਘਾਟ ਹੁੰਦੀ ਹੈ ਤਾਂ ਸਾਡੇ ਨਾਲ ਸੰਪਰਕ ਕਰਕੇ ਅਸੀਂ ਉਹਦੀ ਹੈਲਪ ਕਰ ਸਕਦੇ ਹਾਂ ਤੁਸੀਂ ਕਾਫੀ ਦੇਰ ਤੋਂ ਖੂਨਦਾਨ ਕਰਦੇ ਆ ਰਹੇ ਹੋ ਤੁਸੀਂ ਜਸਵੰਤ ਕੌਰ ਜੀ ਮਹਿਲਾ ਲਈ ਤਾਂ ਇੱਕ ਬਹੁਤ ਵੱਡੀ ਮਿਸਾਲ ਹੋ ਕਿ ਖੂਨਦਾਨ ਕਰ ਰਹੇ ਹੋ ਕਿਉਂਕਿ ਮਹਿਲਾਵਾਂ ਅੱਗੇ ਨਹੀਂ ਆਉਂਦੀਆਂ ਇਸ ਦੇ ਵਿੱਚ ਪਰ ਤੁਹਾਡੇ ਬੱਚੇ ਵੀ ਨੇ ਜਿਹੜੇ ਵੱਡ ਛੜ ਕੇ ਇਹਨਾਂ ਦੇ ਵਿੱਚ ਹਿੱਸਾ ਲੈ ਰਹੇ ਨੇ ਹਾਂਜੀ ਇਸ ਤਰ੍ਹਾਂ ਇੰਦਰਜੀਤ ਜੀ ਤੁਸੀਂ ਇਸ ਤਰ੍ਹਾਂ ਤੁਸੀਂ ਮਹਿਲਾਵਾਂ ਦੀ ਗੱਲ ਕੀਤੀ ਹੈਗੀ ਹੈ ਮਹਿਲਾਵਾਂ ਨੂੰ ਪਤਾ ਨਹੀਂ ਜਿੰਨੀਆਂ ਮਰਜ਼ੀ ਉਹ ਜਾਗਰਿਕ ਹੋ ਜਾਣਾ ਜਾਂ ਜਿੰਨੀਆਂ ਮਰਜ਼ੀ ਉਹ ਮ ਆਪਣੇ ਵੱਡੇ ਉਦਾਂ ਦੇ ਪਹੁੰਚ ਜਾਣਾ ਪਰ ਫਿਰ ਵੀ ਉਹਨਾਂ ਦੇ ਅੰਦਰ ਦਾ ਕੋਈ ਡਰ ਜਿਹੜਾ ਹੈਗਾ ਉਹਨੂੰ ਅੰਦਰੋਂ ਅੰਦਰ ਖਾਂਦਾ ਰਹਿੰਦਾ ਹੈਗਾ ਉਹ ਅੱਗੇ ਨਹੀਂ ਹੁੰਦੀਆਂ ਮੈਂ ਹਰ ਇੱਕ ਨੂੰ ਆਪਣੇ ਕੈਂਪਾਂ ਦੇ ਵਿੱਚ ਵੀ ਜਿਸ ਤਰ੍ਹਾਂ ਕਿ ਮੈਂ ਤੁਸੀ ਦੱਸਿਆ ਹੈਗਾ ਕਿ ਮੇਰੀ ਸੋਸਤਾ ਬਣੀ ਹੋਇਆ ਬਾਬਾ ਸ਼ੇਖਪਰੀਦ ਬਲੱਡ ਡੋਨਰ ਕਾਉਂਸਲ ਉਸ ਦੇ ਜਰੀਏ ਮੈਂ ਹੁਣ ਤੱਕ 122 ਕੈਂਪ ਲਗਾ ਚੁੱਕੀ ਹਾਂ ਤੇ ਮੈਂ ਆਪਣੇ ਕੈਂਪਾਂ ਦੇ ਵਿੱਚ ਵੀ ਹਮੇਸ਼ਾ ਹੀ ਔਰਤ ਨੂੰ ਮੋਟੀਵੇਟ ਕਰਦੀ ਹਾਂ ਕਿ ਜੇ ਔਰਤ ਹੀ ਇੱਕ ਇਸ ਕੰਮ ਦੇ ਵਿੱਚ ਅੱਗੇ ਆ ਜਾਏ ਤੇ ਸਾਰਾ ਪਰਿਵਾਰ ਆ ਜਿਹੜਾ ਖੂਨਦਾਨੀ ਬਣ ਜਾਵੇਗਾ ਕਿਉਂਕਿ ਸੋਚ ਆ ਜਿਹੜੀ ਹੈਗੀ ਇੱਕ ਔਰਤ ਨੇ ਬਦਲ ਘਰ ਦੇ ਵਿੱਚ ਜੇ ਔਰਤ ਦਾ ਪੋਜਿਟਿਵ ਯੋਗਦਾਨ ਹੈਗਾ ਤਾਂ ਉਸ ਦਾ ਪਰਿਵਾਰ ਆ ਜਿਹੜਾ ਸਾਰਾ ਹੀ ਚੰਗੇ ਕੰਮ ਦੇ ਵਿੱਚ ਲੱਗ ਜਾਏਗਾ ਜੀ ਬਿਲਕੁਲ ਤੁਹਾਡੇ ਪਰਿਵਾਰ ਨੂੰ ਤੁਹਾਡੇ ਕੋਈ ਪ੍ਰੇਰਣਾ ਮਿਲੀ ਹੈ ਕੁਝ ਕੋਲਰ ਸਾਡੇ ਨਾਲ ਜੁੜੇ ਹੋਏ ਨੇ ਸੁਣਦੇ ਕੀ ਕਹਿਣਾ ਉਹਨਾਂ ਦਾ ਹੈਲੋ ਕੀ ਨਾਏ ਤੁਹਾਡਾ ਕਿੱਥੋਂ ਬੋਲ ਰਹੇ ਹੋ ਹੈਲੋ ਮੈਂ ਜੀ ਸ਼ਾਹਕੋਟ ਤੋਂ ਸੁਰਿੰਦਰ ਕੁਮਾਰ ਸੋਫਤੀ ਬੋਲ ਰਿਹਾ ਹਾਂ ਜੀ ਹਾਂਜੀ ਸੁਰਿੰਦਰ ਕੁਮਾਰ ਜੀ ਕੀ ਕਹਿਣਾ ਚਾਹੋਗੇ ਹਾਂਜੀ ਮੈਂ ਕਹਿ ਰਿਹਾ ਜੀ ਮੈਂ ਵੀ ਖੂਨ ਦੋ ਵਾਰੀ ਦੇ ਚੁੱਕਾ ਹਾਂ ਬਾਕੀ ਮੈਂ ਹਰ ਵੇਲੇ ਖੂਨ ਚੈੱਕ ਕਰਾ ਕੇ ਜਿਹੜਾ ਵੀ ਮੇਰਾ ਮੇਰਾ ਗਰੁੱਪ ਆ ਮੈਰੋ ਦੇ ਕੋਲ ਤ ਜਿਉਂ ਵੀ ਕਿਸੇ ਨੂੰ ਕੋ ਲੋੜ ਪੈਂਦੀ ਤੇ ਮੈਂ ਇੱਕ ਮਿੰਟ ਨਾਲ ਉਹਨਾਂ ਵਿੱਚ ਉਸ ਵੇਲੇ ਖੂਨ ਦੇਣ ਵਾਸਤੇ ਤੁਰ ਪੈਣਾ ਵਾ ਬਾਕੀ ਨੰਬਰ 2 ਤੇ ਖੂਨ ਦੇ ਕੇ ਜਿਹਦੇ ਮਨ ਨੂੰ ਸਕੂਨ ਨਹੀਂ ਮਿਲਦਾ ਜੀ ਇਹ ਮੇਰਾ ਖਿਆਲ ਹੋਰ ਜਿੰਨੇ ਮਰਜੀ ਤੁਸੀਂ ਕੋਈ ਕੋਈ ਵੀ ਕੰਮ ਕਰ ਲਓ ਇੰਨਾ ਸਕੂਨ ਕਦੇ ਵੀ ਨਹੀਂ ਮਿਲਦਾ ਨੰਬਰ 2 ਤੇ ਮੈਂ ਇਹ ਕਹਿਣਾ ਚਾਹੁੰਦਾ ਜਿਹੜੇ ਵੀ ਤੁਸੀਂ ਖੂਨ ਖੂਨ ਦੇ ਕੇ ਆਉਨੇ ਨਾ ਇੱਕ ਤੁਸੀਂ ਚੜ੍ਹਦੀ ਕਲਾ ਸੋਚ ਲੈ ਕੇ ਆਪਣੇ ਆਪ ਹਵੇਸ਼ ਆਂ ਵੀ ਇਹ ਕੋਈ ਇਹਦਾ ਆਪਣੋ ਇਹਦੇ ਫਾਇਦੇ ਹੋਏ ਆ ਹਮੇਸ਼ਾ ਹੱਸਦੇ ਰਹੋ ਕੁਛ ਰਹੋ ਮਤਲਬ ਤੁਸੀਂ ਜਦੋਂ ਖੁਸ਼ ਰਹੋਗੇ ਤਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਗੀ ਕਿਉਂਕਿ ਤੁਸੀਂ ਜਿਹੜਾ ਨੈਗੇਟਿਵ ਸੋਚੋਗੇ ਤੁਹਾਡੇ ਦਿਮਾਗ 'ਚ ਹੋਊਗੀ ਪਤਾ ਨਹੀਂ ਮੈਨੂੰ ਕਿੰਨਾ ਕੜਾ ਘਾਟਾ ਪੈ ਗਿਆ ਬਸ ਖੂਨ ਦਿਓ ਅੱਸ ਤੋਂ ਵੱਡਾ ਦਾਣਾ ਹੀ ਹੈ ਜੀ ਬਿਲਕੁਲ सुरेंद्र ਕੁਮਾਰ ਜੀ ਬਹੁਤ ਵਧੀਆ ਗੱਲ ਕਹੀ ਕਿ ਇਸ ਨਾਲ ਕੋਈ ਘਾਟਾ ਨਹੀਂ ਹੁੰਦਾ ਸਗੋਂ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ ਹੈ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਹੋਏ ਨੇ ਹੈਲੋ ਕੀ ਨਾਮ ਹੈ ਤੁਹਾਡਾ ਕਿੱਥੋਂ ਬੋਲ ਰਹੇ ਹੋ ਸ੍ਰੀਮਾਨ ਜੀ ਮੈਂ ਸਲੋਗਗੇਟ ਬੋਲਦੀ ਹਾਂ ਸਰਜੀਤ ਹਾਂਜੀ ਸਰਬਜੀਤ ਕੌਰ ਜੀ ਸਵਾਗਤ ਹੈ ਤੁਹਾਡਾ ਕੀ ਕਹਿਣਾ ਚਾਹੋਗੇ ਜੀ ਪਹਿਲਾਂ ਤਾਂ ਮੈਂ ਆਏ ਮਹਿਮਾਨਾਂ ਦਾ ਬਹੁਤ ਧੰਨਵਾਦ ਕਰਨਾ ਚ ਮੈਡਮ ਮੈਂ ਖੂਨ ਦਾਨ ਕਰਨਾ ਚਾਹੁੰਦੀ ਆ ਪਹਿਲੀ ਵਾਰ ਮੈਂ ਖੂਨ ਦਾਨ ਕਰਨਾ ਚਾਹੁੰਦੀ ਪਰ ਮੇਰੇ ਚ ਇਸ ਟਾਈਮ 9 ਗ੍ਰਾਮ ਖੂਨ ਆ ਤੇ ਮੈਂ ਖੂਨ ਦਾਨ ਕਰ ਸਕਦੀ ਹਾਂਜੀ ਬਿਲਕੁਲ ਤੁਹਾਡਾ ਇਹ ਜਵਾਬ ਦੇਣਗੇ ਮੈਡਮ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਤਾਂ ਉਹ ਜਾਨਣਾ ਚਾਹੁੰਦੇ ਨੇ ਕਿ 9 ਗ੍ਰਾਮ ਖੂਨ ਹੈ ਤੇ ਕੀ ਉਹ ਖੂਨ ਦਾਨ ਕਰ ਸਕਦੇ ਨੇ ਮੈਡਮ ਮੈਂ ਇੰਦਰਜੀਤ ਮੈਡਮ ਜਿਹੜਾ ਨੇ ਸਰਜੀਤ ਮੋਗੇ ਤੋਂ ਇਹਨਾਂ ਨੇ ਫੋਨ ਕੀਤਾ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਕਿ ਸਾਨੂੰ ਇਹਨਾਂ ਨੇ ਬੜਾ ਪਸੰਦ ਕੀਤਾ ਜਿੱਥੋਂ ਤੱਕ ਖੂਨ ਦਾਨ ਕਰਨ ਦੀ ਗੱਲ ਹੈਗੀ ਆ ਕਿ ਇਹਨਾਂ 'ਚ ਜਿਹੜਾ 9 ਗ੍ਰਾਮ ਖੂਨ ਆ ਬਹੁਤ ਘੱਟ ਹੈਗਾ ਜੇ ਅਸੀਂ ਖੂਨਦਾਨ ਕਰਨਾ ਤਾਂ 12 ਗ੍ਰਾਮ ਤੋਂ ਉੱਪਰ ਸਾਡੇ 'ਚ ਖੂਨ ਹੋਣਾ ਚਾਹੀਦਾ ਹੈਗਾ ਸੋ ਮੈਂ ਇਹਨਾਂ ਨੂੰ ਸੁਜਾ ਦੇਣਾ ਚਾਹਣੀ ਆ ਕਿ ਤੁਸੀਂ ਆਇਰਨ ਦੇ ਕੈਪਸੂਲ ਜ਼ਰੂਰ ਖਾਓ ਔਰ ਨਾਲ ਤੁਸੀਂ ਚੰਗੀਆਂ ਸਬਜ਼ੀਆਂ ਪਨੀਰ ਵਗੈਰਾ ਖਾਓ ਤੇ ਸੋਚ ਆਪਣੀ ਵਧੀਆ ਰੱਖੋ ਜਦੋਂ ਵੀ ਤੁਹਾਡੇ ਦੇ ਵੀ ਤੁਹਾਡਾ ਹੀਮੋਗਲੋਬਿਨ 12 ਤੋਂ ਉੱਪਰ ਹੋ ਗਿਆ ਤਾਂ ਤੁਸੀਂ ਖੂਨਦਾਨ ਜ਼ਰੂਰ ਕਰਕੇ ਆਓ ਜੀ ਬਿਲਕੁਲ ਬਲਵੰਤ ਸਿੰਘ ਜੀ ਤੁਹਾਡੇ ਤੋਂ ਜਾਨਣਾ ਚਾਹਾਂਗੇ ਕਿ ਕੁਝ ਮਰਦਾਂ ਲਈ ਕੁਝ ਖਾਸ ਟਿਪਸ ਉਹਨਾਂ ਨੂੰ ਕੁਝ ਹੋਰ ਖਾਣਾ ਚਾਹੀਦਾ ਹੈ ਸਪੈਸੀਫਿਕ ਇਸ ਵਾਸਤੇ ਵੈਸੇ ਤਾਂ ਇਹਦੇ ਵਿੱਚ ਕੋਈ ਜ਼ਿਆਦਾ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਹੈ ਖਾਣਾ ਜਿਹੜੀ ਆਮ ਖਾਣਾ ਮੰਦੇ ਹੈਗੇ ਉਹਦੇ ਨਾਲ ਹੀ ਬਲੱਡ ਬੰਦ ਰਹਿੰਦਾ ਕਿਉਂਕਿ ਇਹ ਨਾ ਤੇ ਇਹ ਪ੍ਰਮਾਤਮਾ ਦਾ ਦਿੱਤਾ ਹੋਇਆ ਗਿਫਟ ਹੈ ਕੋਈ ਖਾਣਾ ਖ ਨੇ ਤਾਂ ਦੇਣਾ ਨਹੀਂ ਹੈਗਾ ਜੀ ਬਿਲਕੁਲ ਇਹ ਰਬ ਦਾ ਦਿੱਤਾ ਹੋਇਆ ਗਿਫਟ ਹੈਗਾ ਇਹਨੂੰ ਤੁਸੀਂ ਜਿੰਨਾ ਜ਼ਿਆਦਾ ਮੰਨੋਗੇ ਉਹਨਾਂ ਸਾਫ ਸਥਰਾ ਤੁਹਾਡੇ ਅੰਦਰ ਬਣੇਗਾ ਪਲੱਸ ਨਾਲ ਅਗਲੇ ਦੀ ਭਲਾਈ ਵੀ ਹੋਏਗੀ ਮਰੀਜ਼ ਬੈੱਡ ਤੋਂ ਉੱਠ ਕੱਢਣਗੇ ਕਿਸੇ ਪਿਓ ਦਾ ਪੁੱਤ ਆ ਮਾਂ ਦਾ ਪੁੱਤ ਆ ਜਾਂ ਭੈਣ ਦਾ ਭਰਾ ਆ ਉਹ ਬੱਚ ਕੇ ਘਰੇ ਆ ਜਾਏਗਾ ਹਾਂ ਜੀ ਬਿਲਕੁਲ ਜਸਵੰਤ ਕੌਰ ਜੀ ਕਹਿੰਦੇ ਨੇ ਕਿ ਔਰਤਾਂ ਨੂੰ ਖੁਰਾਕ ਦੀ ਥੋੜੀ ਜਿਹੀ ਜ਼ਿਆਦਾ ਲੋਡ ਹੁੰਦੀ ਹੈ ਆਇਰਨ ਦੀ ਜ਼ਿਆਦਾ ਲੋਡ ਹੁੰਦੀ ਹੈ ਤਾਂ ਇਸ ਬਾਰੇ ਕੋਈ ਸੁਝਾਅ ਦੇਣਾ ਚਾਹੋਗੇ ਔਰਤਾਂ ਨੂੰ ਹਾਂ ਜੀ ਲੋਡ ਤਾਂ ਆ ਹੀ ਹੁੰਦੀ ਹੈ ਕਿ ਮੈਂ ਹਮੇਸ਼ਾ ਇਹ ਗੱਲ ਕਹਿੰਦੀ ਹੁੰਦੀ ਆ ਕਿ ਜਿਹੜੀ ਔਰਤ ਹੁੰਦੀ ਹੈਗੀ ਆ ਉਹ ਹਮੇਸ਼ਾ ਆਪਣੇ ਬੱਚਿਆਂ ਦਾ ਆਪਣੇ ਹਸਬੰਡ ਦਾ ਆਪਣੇ ਰਿਸ਼ਤੇਦਾਰਾਂ ਦਾ ਉਹਨਾਂ ਦਾ ਸੋਚਦੀ ਹੈ ਜਦੋਂ ਘਰ ਦੇ ਵਿੱਚ ਉਹਨੇ ਰੋਟੀ ਵੀ ਪਕਾਉਣੀ ਹੁੰਦੀ ਹੈ ਤਾਂ ਉਹ ਕਹੂਗੀ ਜਿੰਨੀ ਜਿਹੜੀਆਂ ਰੋਟੀਆਂ ਸੜ ਗਈਆਂ ਉਹ ਮੈਂ ਖਾਉਂਗੀ ਬਾਕੀ ਮੈਂ ਆਪਣੇ ਸਾਰੇ ਘਰਦਿਆਂ ਨੂੰ ਖਵਾ ਦਿੰਦੇ ਹਾਂ ਸੋ ਮੇਰਾ ਸੁਝਾਅ ਹੈਗਾ ਵੀ ਜੇ ਔਰਤ ਹੀ ਤੰਦਰੁਸਤ ਹੋਊਗੀ ਔਰਤ ਮਜ਼ਬੂਤ ਹੋਊਗੀ ਮਾਨਸਿਕ ਤੌਰ ਤੇ ਮਜ਼ਬੂਤ ਹੋ ਗਈ ਅੰਦਰੂਨੀ ਤੌਰ ਤੇ ਉਹ ਮਜ਼ਬੂਤ ਹੋਊਗੀ ਤੇ ਤਾਂ ਹੀ ਆਪਣੇ ਘਰ ਦਾ ਵਿਕਾਸ ਕਰ ਸਕਦੀ ਹੈਗੀ ਆ ਜੇ ਉਹ ਮਜ਼ਬੂਤ ਆ ਤਾਂ ਖੂਨਦਾਨ ਵੀ ਕਰ ਸਕਦੀ ਹੈ ਗਿਆ ਘਰ ਦਾ ਕੰਮ ਵੀ ਸੰਭਾਲ ਸਕਦੀ ਹੈ ਇਸ ਕਰਕੇ ਔਰਤ ਨੂੰ ਖਰਾਕ ਜ਼ਰੂਰ ਖਾਣੀ ਚਾਹੀਦੀ ਹੈ ਚੰਗੀ ਖਰਾਕ ਖਾਓ ਚੰਗੀ ਸੋਚ ਰੱਖੋ ਹੈ ਜਸੁਧਕੌਰ ਜੀ ਕੋਲਰ ਹੋਰ ਸਾਡੇ ਨਾਲ ਜੁੜੇ ਹੋਏ ਨੇ ਹੈਲੋ ਕੀ ਨਾਏ ਤੁਹਾਡਾ ਕਿਥੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਏ ਤੁਹਾਡਾ ਕੁਲਦੀਪ ਸਿੰਘ ਜੀ ਹਾਂ ਜੀ ਕਿਥੋਂ ਬੋਲ ਰਹੇ ਹੋ ਕੁਲਦੀਪ ਸਿੰਘ ਜੀ ਵੰਦਰਡੋਰ ਤੋਂ ਬੋਲ ਰਹੀ ਹਾਂ ਹਾਂ ਜੀ ਕੀ ਕਹਿਣਾ ਚਾਹੋਗੇ ਅ ਮੈਂ ਮੈਡਮ ਇਹ ਹੀ ਕਹਿਣਾ ਚਾਹਣਾ ਜੀ ਜਿਹੜਾ ਤੁਸੀਂ ਇਹ ਪ੍ਰੋਗਰਾਮ ਚਲਾ ਰਹੇ ਹੋ ਖੂਨਦਾਨ ਦਾ ਇਹ ਬਹੁਤ ਵਧੀਆ ਜੀ ਐਡੇ ਨਾਲ ਆਮ ਲੋਕਾਂ ਜਾਗਰੂਕੀ ਹੋਊਗੀ ਤੇ ਜਿਹੜੇ 70% ਮਨ ਲੋਕ ਡਰਦੇ ਆ ਖੂਨ ਦੇਣ ਤੋਂ ਹੀ ਕਹਿੰਦੇ ਨੇ ਵੀ ਜੇ ਬਲੱਡ ਦੇ ਦੇਣਗੇ ਬਲੱਡ ਵਧਣ ਲੱਗ ਜੂ ਤੇ ਅਟੈਕ ਹੋ ਸਕਦਾ ਹੈ ਉਹਦੇ ਨਾਲ ਲੋਕਾਂ ਜਾਗਰਤੀ ਹੋਊਗੀ ਹਾਂਜੀ ਬਿਲਕੁਲ ਤੁਸੀਂ ਬਹੁਤ ਚੰਗੀ ਗੱਲ ਕਹੀ ਲੋਕਾਂ ਦੇ ਮਨ 'ਚ ਬਹੁਤ ਸਾਰੇ ਸ਼ੰਕੇ ਨੇ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਤਾਂ ਜਿੱਦਾਂ ਉਹ ਕਹਿ ਰਹੇ ਨੇ ਕਿ ਇੰਨੇ ਸ਼ੰਕੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਬਹੁਤ ਵੱਡੀਆਂ ਬਬਾਰੀਆਂ ਲੱਗ ਜਾਣਗੀਆਂ ਤੇ ਇਸ ਵਾਰੀ ਉਹਨਾਂ ਦੇ ਥੋੜੇ ਜੇ ਸ਼ੰਕੇ ਦੂਰ ਕਰਨਾ ਚਾਹਾਂਗੇ ਸ਼ੰਕੇ ਤਾਂ ਜ਼ਰੂਰ ਹੁੰਦੇ ਹੈਗੇ ਅੰਦਰਜੀਤ ਮੈडम ਜਦੋਂ ਬੰਦਾ ਅਵੇਅਰ ਨਹੀਂ ਹੁੰਦਾ ਤੋ ਉਹਨੂੰ ਹਰ ਪਾਸੋਂ ਸ਼ੱਕ ਹੁੰਦਾ ਹੈਗਾ ਹਨਾ ਕਿ ਮੈਂ ਜੇ ਖੂਨਦਾਨ ਕਰਤਾ ਤਾਂ ਮੈਂ ਗਿਰ ਨਾ ਜਾਮਾਂ ਕਿਉਂਕਿ ਅਸੀਂ ਪਹਿਲਾਂ ਪਹਿਲਾਂ ਜਦੋਂ ਮੈਂ ਕੈਂਪ ਲਗਾਉਂਦੀ ਸੀਗੀ ਅਤੇ ਮੈਂ ਉਦੋਂ ਗਈ ਇਸ ਤਰ੍ਹਾਂ ਦੇ ਡੋਨਰ ਆਉਂਦੇ ਸੀ ਅਸੀਂ ਉਹਨਾਂ ਨੂੰ ਜ਼ਬਰਦਸਤੀ ਲੈ ਕੇ ਆਉਣਾ ਸੀ ਕਹਿੰਨਾ ਤੁਸੀਂ ਇੱਕ ਵਾਰੀ ਬਲੱਡ ਦਿਓ ਤਾਂ ਸਹੀ ਤੁਸੀਂ ਬਲੱਡ ਦੇ ਕੇ ਦੇਖੋ ਤੁਹਾਨੂੰ ਕਿੰਨਾ ਮਨੁੱਖਪੂਰਨ ਮਿਲੂਗਾ ਤੁਹਾਨੂੰ ਸ਼ਾਂਤੀ ਮਿਲਣੀ ਹੈਗੀ ਆ ਪਰ ਜਦੋਂ ਉਹ ਪਹਿਲਾਂ ਬਹੁਤ ਡਰਦੇ ਸੀਗੇ ਜਦੋਂ ਉਹਨਾਂ ਨੂੰ ਅਸੀਂ ਇੱਕ ਵਾਰੀ ਉਹਨਾਂ ਦਾ ਬਲੱਡ ਰੈਡ ਕਰਵਾ ਦਿੰਦੇ ਤਾਂ ਉਸ ਤੋਂ ਬਾਅਦ ਸਾਡੇ ਨਾਲ ਹਮੇਸ਼ਾ ਹੀ ਉਹ ਡੋਨਰ ਹਮੇਸ਼ਾ ਵਾਸਤੇ ਜੁੜਿਆ ਹੋਇਆ ਤੇ ਅੱਜ ਮਤਲਬ ਇਹ ਸਥਿਤੀ ਆਈ ਹੈ ਕਿ ਸਾਡੇ ਕੋਲੇ 5000 ਡੋਨਰਾਂ ਦੀ ਲਿਸਟ ਬਣੀ ਹੋਈ ਆ ਕੰਪਿਊਟਰਾਈਜ਼ ਹੈਗੀ ਆ ਅਸੀਂ ਸਭ ਦੇ ਟੈਲੀਫੋਨ ਨੰਬਰ ਵਗੈਰਾ ਨੋਟ ਕੀਤੇ ਹੋਏ ਆ ਜਦੋਂ ਜਦੋਂ ਸਾਡੇ ਕੈਂਪ ਲੱਗਦੇ ਆ ਅਸੀਂ ਉਹਨਾਂ ਨੂੰ ਕਾਲ ਕਰਦੇ ਹੈਗੇ ਆ ਤੇ ਇਸ ਕੰਮ ਦੇ ਵਿੱਚ ਮਤਲਬ ਜਦੋਂ ਇੱਕ ਵਾਰੀ ਬੰਦਾ ਆ ਜਾਂਦਾ ਹੈਗਾ ਡੋਨਰ ਫਿਰ ਨਹੀਂ ਉਹ ਬਿਲਕੁਲ ਬਿਲਕੁਲ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਹੋਏ ਨੇ ਹੈਲੋ ਕੀ ਨਾਇ ਤੁਹਾਡਾ ਕਿੱਥੋਂ ਬੋਲ ਰਹੇ ਹੋ ਨਮਸਤੇ ਜੀ ਨਮਸਤੇ ਜੀ ਕੀ ਨਾਇ ਤੁਹਾਡਾ ਮੈਡ ਜੀ ਮੇਰਾ ਨਾਮ ਅਵਤਾਰ ਸਿੰਘ ਹੈ ਹਾਂਜੀ ਕਿੱਥੋਂ ਬੋਲ ਰਹੇ ਹੋ ਅਵਤਾਰ ਸਿੰਘ ਜੀ ਮੈਂ ਭਲਾਕਾਰ ਐ ਬੇਸਟਕ ਐਸ ਪੀ ਐਟ ਨਗਰ ਬਲਾਜੋਤੋਂ ਬੋਲ ਰਿਹਾ ਹਾਂ ਹਾਂਜੀ ਕੀ ਕਹਿਣਾ ਚਾਹੋਗੇ ਅਵਧਾਰ ਸਿੰਘ ਜੀ ਮੈਡਮ ਜੀ ਮੇਰਾ ਗਰੁੱਪ ਹੈ ਜਿਹੜਾ A ਪੋਜ਼ਿਟਿਵ B ਹੈ ਹਾਂਜੀ ਤੇ ਜਦੋਂ ਮੈਂ ਜਾਣ ਕੇ ਦੋ ਵਾਰ ਟੈਸਟ ਕਰਾ ਚੁੱਕਿਆ ਜੀ ਹਾਂਜੀ ਜਦੋਂ ਮੈਨੂੰ ਲੋਕ ਨੇ ਤਾਂ ਇਹ ਹੀ ਗਰੁੱਪ ਮੇਰੇ ਚੜੂਗਾ ਜਾਂ ਹੋਰ ਵੀ ਚਾਹ ਕਰਵਾਇ ਗਈ ਆ ਠੀਕ ਹੈ ਜੀ ਤੁਹਾਡਾ ਇਸ ਸਵਾਲ ਦਾ ਜਰੂਰ ਜਵਾਬ ਦੇਣਗੇ ਹਾਂਜੀ ਉਹਨਾਂ ਨੇ ਇੱਕ ਮੈਨੂੰ ਗੱਲ ਸਮਝ ਨਹੀਂ ਲੱਗੀ ਕਿ A ਪੋਜ਼ਿਟਿਵ B ਜਾਂ ਤਾਂ A ਵੀ ਪੋਜ਼ਿਟਿਵ ਹੋਣਾਗਾ ਜਾਂ A ਪੋਜ਼ਿਟਿਵ ਹੋਣਾ ਜਾਂ B ਪੋਜ਼ਿਟਿਵ ਹੋਣਾਗਾ ਉਹਦੇ ਬਾਰੇ ਮੈਂ ਦੱਸਣਾ ਚਾਹਣੀ ਆ ਕਿ ਜੇ ਇਹਨਾਂ ਨੂੰ ਪੈਸੇ ਤਾਂ ਪਰਮਾਤਮਾ ਵੱਲੋਂ ਇੱਕ ਗਿਫਟ ਹੈਗਾ ਕਿ ਜਦੋਂ ਤੁਸੀਂ ਬਲੱਡ ਨੇਟ ਕਰਦੇ ਹੋ ਰੈਗੂਲਰ ਬਲੱਡ ਨੇਟ ਕਰਦੇ ਹੋ ਤੁਹਾਨੂੰ ਕਦੇ ਵੀ ਬਲੱਡ ਦੀ ਲੋੜ ਨਹੀਂ ਪੈਂਦੀ ਹੈਗੀ ਤੇ ਜੇ ਕਦੇ ਐਮਰਜੈਂਸੀ 'ਚ ਲੋੜ ਵੀ ਪੈ ਜਾਵੇ ਤਾਂ ਜਿਹੜਾ ਤੁਹਾਡਾ ਗਰੁੱਪ ਹੋਊਗਾ ਤੁਹਾਨੂੰ ਉਸੇ ਗਰੁੱਪ ਦੀ ਹੀ ਲੋੜ ਪਵੇਗੀ ਉਹੀ ਗਰੁੱਪ ਤੁਹਾਡੇ ਚੜੇਗਾ ਹੈ ਬਲਵੰਤ ਸਿੰਘ ਜੀ ਜਿਵੇਂ ਤੁਹਾਡੀ ਸੰਸਥਾ ਹੈਗੀ ਹੈ ਦੇ ਨਾਲ ਹੁਣ ਜਿਵੇਂ ਮੈਡਮ ਜੀ ਦੱਸ ਰਹੇ ਸੀ ਕਿ 5000 ਡੋਨਰ ਜੁੜੇ ਹੋਏ ਨੇ 5000 ਲੋਕ ਨੇ ਖੂਨਦਾਨ ਕਰਦੇ ਨੇ ਤਾਂ ਵੱਖ-ਵੱਖ ਤਰ੍ਹਾਂ ਦੇ ਲੋਕਾਂ ਦੇ ਬਲੱਡ ਗਰੁੱਪ ਹੁੰਦੇ ਆ ਜੇ ਕਿਸੇ ਨੂੰ ਮੁਸੀਬਤ ਵੇਲੇ ਲੋੜ ਪੈ ਜਾਏ ਖੂਨਦਾਨ ਦੀ ਤਾਂ ਖੂਨ ਦੀ ਕਿਸੇ ਦੀ ਜ਼ਰੂਰਤ ਪੈ ਜਾਏ ਕਿਸੇ ਗਰੁੱਪ ਦੀ ਤਾਂ ਕਿਸ ਤਰ੍ਹਾਂ ਪਹੁੰਚ ਕਰ ਸਕਦਾ ਹੈ ਲੋਕਾਂ ਨੂੰ ਇਹ ਮਿਲ ਸਕੇ ਆਸਾਨੀ ਨਾਲ ਇਹ ਤੇ ਇਸ ਤਰ੍ਹਾਂ ਜੀ ਸਾਡਾ ਵੈਸੇ ਤਾਂ ਸਾਰੇ ਸਰਕਾਰੀ ਹਸਪਤਾਲਾਂ ਚ ਵੀ ਸਾਡਾ ਮੋਬਾਈਲ ਨੰਬਰ ਆਇਆ ਵੈਸੇ ਵੀ ਮਹਾਲੀ ਦੇ ਵਿੱਚ ਤਾਂ ਬੱਚੇ-ਬੱਚੇ ਨੂੰ ਪਤਾ ਹੈ ਸਾਡਾ ਪਰ ਇਹ ਕੋਈ ਵੀ ਅਪਰੋਚ ਕਰ ਲਵੇ ਵੈਸੇ ਤਾਂ ਇਸ ਤਰ੍ਹਾਂ ਦੀ ਇੰਨੀ ਘਾਟ ਨਹੀਂ ਹੁੰਦੀ ਕਿ ਕੋਈ ਕੋਈ ਉਹਦਾ ਰੇਂਜ ਹੀ ਨਾ ਹੋਵੇ ਫਿਰ ਵੀ ਜਿਵੇਂ ਹੁਣ ਪੰਜਾਬ ਦੇ ਵਿੱਚ ਕਿਸੇ 네ਗੇਟਿਵ ਗਰੁੱਪ ਦੀ ਜ਼ਰੂਰਤ ਪੈ ਗਈ ਹੈਗੀ ਤਾਂ ਨੀਅਰਬਾਈ ਜੋ ਬਲੱਡ ਬੈਂਕ ਹੈ ਸਾਡੀਆਂ ਵੈਸੇ ਸੰਸਥਾਵਾਂ ਨਾਲ ਤਾਲਮੇਲ ਆ ਤਾਂ ਅਸੀਂ ਉਹਨਾਂ ਨੂੰ ਫੋਨ ਕਰਕੇ ਉਹਨਾਂ ਦੀ ਹੈਲਪ ਕਰ ਸਕਦੇ ਹਾਂ ਜੀ ਬਿਲਕੁਲ ਬਲਵੰਤ ਸਿੰਘ ਜੀ ਜਸਵੰਤ ਕੌਰ ਜੀ ਤੁਸੀਂ ਸਾਡੇ ਸਟੂਡੀਓ ਚ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਂ ਥੋੜਾ ਜਿਆਦਾ ਘਟੇ ਸਾਨੂੰ ਸ਼ੋਅ ਇੱਥੇ ਹੀ ਖਤਮ ਕਰਨਾ ਪਏਗਾ ਪਰ ਤੁਸੀਂ ਲੋਕਾਂ ਨੂੰ ਅਸੀਂ ਉਮੀਦ ਕਰਦੇ ਹਾਂ ਕਿ ਲੋਕ ਜ਼ਰੂਰ ਦਰਸ਼ਕ ਸਾਡੇ ਇਸ ਨਾਲ ਜ਼ਰੂਰ ਜਾਗਰੂਕ ਹੋਣਗੇ ਤੇ ਖੂਨਦਾਨ ਕਰਨਗੇ ਇਸੇ ਨਾਲ ਹੀ ਸਾਡਾ ਅੱਜ ਦਾ ਇਹ ਬ੍ਰੇਕਫਾਸਟ ਸ਼ੋਅ ਇੱਥੇ ਹੀ ਖਤਮ ਹੁੰਦਾ ਹੈ ਤੁਸੀਂ ਸਾਨੂੰ ਆਪਣੀ ਰਾਏ ਦੇ ਸਕਦੇ ਹੋ ਐਡੀਟਰ@daynitenews.com ਤੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਕੱਲ ਸਵੇਰੇ ਫੇਰ ਮਿਲਾਂਗੇ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿ ਤੋਂ ਵੀ ਜੁੜੋ मिलेंगे फेसबुक अस् दिखा यूट्यूब फॉलो करो ट्विटर खबर जुड़े रहो दिन रात